ਸਤਿ ਸ਼੍ਰੀ ਅਕਾਲ ਤੁਸੀਂ ਪੀਐਨਸੀੰ ਦੇਖ ਰਹੇ ਹੋ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਜੋ ਤਾਜ਼ਾ ਐਲਾਨ ਕੀਤਾ ਸੁਪਰ ਵੀਜ਼ਾ ਦੇ ਬਾਰੇ ਉਸ ਦੇ ਬਾਰੇ ਹੁਣ ਤੁਹਾਨੂੰ ਅਸੀਂ ਦੱਸਾਂਗੇ ਜੋ ਕਿ ਵਿਜ਼ਟਰ ਵੀਜ਼ਾ ਦੀ ਤਰ੍ਹਾਂ ਹੀ 10 ਸਾਲ ਦਾ ਵੀਜ਼ਾ ਹੁੰਦਾ ਹੈ ਪਰ ਸੁਪਰ ਵੀਜ਼ਾ ਦੇ ਵਿੱਚ ਜੋ ਕਿ ਹੁਣ ਤੱਕ ਤਾਂ ਸੀ ਕਿ 2 ਸਾਲ ਤੱਕ ਕੈਨੇਡਾ ਵਿੱਚ ਸਟੇ ਕੀਤੀ ਜਾ ਸਕਦੀ ਹੈ ਜਦ ਕਿ ਵਿਜ਼ਟਰ ਵੀਜ਼ਾ ਵਿੱਚ 6 ਮਹੀਨੇ ਦੀ ਹੀ ਐਂਟਰੀ ਮਿਲਦੀ ਹੁੰਦੀ ਹੈ ਪਰ ਹੁਣ ਜੋ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਮੁਤਾਬਕ ਕਿ ਜਿਹੜੇ ਮਾਪੇ ਜਾ ਕਿਸੇ ਦੇ ਗ੍ਰੈਂਡਪੈਰੈਂਟਸ ਜਿਵੇਂ ਕਿ ਦਾਦਾ-ਦਾਦੀ ਜਾਂ ਨਾਨਾ-ਨਾਨੀ ਸੁਪਰ ਵੀਜ਼ਾ ਦੇ ਉੱਤੇ ਨੇ ਤੇ ਉਹ ਕੈਨੇਡਾ ਵਿੱਚ ਆਪਣੇ ਬੱਚਿਆਂ ਦੇ ਨਾਲ ਰਹਿ ਰਹੇ ਨੇ ਤਾਂ ਉਹ ਹੁਣ 5 ਸਾਲ ਤੱਕ ਲਗਾਤਾਰ ਰਹਿ ਸਕਣਗੇ 5 ਸਾਲ ਦੀ ਲਗਾਤਾਰ ਦੀ ਐਂਟਰੀ ਉਹਨਾਂ ਨੂੰ ਕੈਨੇਡਾ ਵਿੱਚ ਮਿਲੇਗੀ ਤੇ ਇਸ ਦੇ ਨਾਲ ਹੀ ਅੱਗੇ ਉਹ ਜੋ ਐਕਸਟੈਂਸ਼ਨ ਵੀ ਲੈ ਸਕਦੇ ਨੇ ਤਾਂ 2 ਸਾਲ ਹੋਰ ਦੇ ਵਾਸਤੇ ਉਹਨਾਂ ਨੂੰ ਸਮਾਂ ਮਿਲ ਸਕਦਾ ਹੈ ਕਿ ਉਹ ਲਗਾਤਾਰ ਰਹਿ ਸਕਦੇ ਨੇ ਤੇ ਯਾਨੀ ਕਿ 7 ਸਾਲ ਦਾ ਸਮਾਂ ਹੋਵੇਗਾ ਕਿ ਉਹ ਕੈਨੇਡਾ ਵਿੱਚ ਲਗਾਤਾਰ ਰਹਿ ਸਕਣਗੇ ਜੋ ਕੈਨੇਡਾ ਵਿੱਚ ਐਂਟਰੀ ਮਿਲੇਗੀ ਤੇ ਇਸੇ ਸਮੇਂ ਦੌਰਾਨ ਹੋ ਸਕਦਾ ਹੈ ਕਿ ਜੋ ਵੱਖ-ਵੱਖਰੇ ਡਰਾ ਆਉਂਦੇ ਨੇ ਕਿ ਜੋ ਪੇਰੈਂਟਸ ਗ੍ਰੈਂਡਪੇਰੈਂਟਸ ਪ੍ਰੋਗਰਾਮ ਹੈ ਉਸ ਤਹੱਤ ਪੀਆਰ ਵੀ ਅਪਲਾਈ ਕੀਤੀ ਜਾ ਸਕਦੀ ਹੈ ਤੇ ਸਰਨ ਇਹ ਦਾਵਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਇਹ ਜੋ ਕਦਮ ਚੁੱਕਿਆ ਗਿਆ ਇਹ ਤਾਂ ਕਰਕੇ ਤਾਂ ਕਿ ਮਾਪੇ ਤੇ ਗ੍ਰੈਂਡਪੈਰੈਂਟਸ ਆਪਣੇ ਬੱਚਿਆਂ ਦੇ ਨਾਲ ਇਕੱਠਿਆਂ ਰਹਿ ਸਕਣ ਜਿਸ ਵਾਸਤੇ ਅਜਿਹੇ ਕਦਮ ਚੁੱਕਣ ਦੇ ਬਾਰੇ ਪਿਛਲੇ ਸਾਲ ਹੀ ਐਲਾਨ ਕਰ ਦਿੱਤਾ ਗਿਆ ਸੀ ਜੋ ਕਿ ਜਦੋਂ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਸਨ ਜਦੋਂ ਉਹ ਸਰੀ ਦੇ ਵਿੱਚ ਵੀ ਆਏ ਸੀ ਉਸ ਸਮੇਂ ਵੀ ਉਹਨਾਂ ਨੇ ਇਸ ਦੇ ਵਿੱਚ ਤਬਦੀਲੀਆਂ ਕੀਤੇ ਜਾਣ ਦੇ ਬਾਰੇ ਜ਼ਿਕਰ ਕੀਤਾ ਸੀ ਪਰ ਉਸ ਦੇ ਉੱਤੇ ਕੰਮ ਚੱਲਦਾ ਹੋਣ ਦੀ ਗੱਲ ਕਹੀ ਗਈ ਸੀ ਤੇ ਹੁਣ ਇਹ ਤਬਦੀਲੀਆਂ ਲਾਗੂ ਕਰ ਦਿੱਤੀਆਂ ਗਈਆਂ ਨੇ ਤੇ 4 ਜੁਲਾਈ 2022 ਤੋਂ ਇਹ ਲਾਗੂ ਹੋ ਜਾਵੇਗਾ ਕਿ ਜੋ 4 ਜੁਲਾਈ 2022 ਤੋਂ ਕੈਨੇਡਾ ਦੇ ਵਿੱਚ ਸੁਪਰ ਵੀਜ਼ਾ ਦੇ ਉੱਤੇ ਮਾਪੇ ਆਉਣਗੇ ਉਹ 5 ਸਾਲ ਲਈ ਲਗਾਤਾਰ ਰਹਿ ਸਕਣਗੇ ਨਾ ਸਿਰਫ ਇਹ ਸਗੋਂ ਜਿਵੇਂ ਕਿ ਜੋ ਹੁਣ ਤੱਕ ਇੰਸ਼ੋਰੈਂਸ ਜੋ ਮੈਡੀਕਲ ਇੰਸ਼ੋਰੈਂਸ ਕਰਦੀਆਂ ਨੇ ਕੈਨੇਡੀਅਨ ਕੰਪਨੀਆਂਸ ਨੇ ਇੰਸ਼ੋਰੈਂਸ ਦੀਆਂ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਤਾਂ ਇੰਟਰਨੈਸ਼ਨਲ ਕੰਪਨੀਆਂਸ ਵੀ ਕੁਝ ਸ਼ਾਮਲ ਕੀਤੀਆਂ ਜਾਣਗੀਆਂ ਜੋ ਕਿ ਮੈਡੀਕਲ ਇੰਸ਼ੋਰੈਂਸ ਹੁੰਦੀ ਹੈ ਕਿਉਂਕਿ ਜਦੋਂ ਸੁਪਰ ਵੀਜ਼ਾ ਦੇ ਉੱਤੇ ਰਹਿਣਾ ਹੈ ਲਗਾਤਾਰ ਕੈਨੇਡਾ ਵਿੱਚ ਜਦੋਂ ਮਾਪੇ ਰਹਿੰਦੇ ਨੇ ਜਾਂ ਫਿਰ ਜੋ ਗ੍ਰੈਂਡਪੈਰੈਂਟਸ ਰਹਿੰਦੇ ਨੇ ਤਾਂ ਉਹਨਾਂ ਨੂੰ ਮੈਡੀਕਲ ਸਹੂਲਤਾਂ ਦੀ ਵੀ ਲੋੜ ਪੈਂਦੀ ਹੈ ਜਿਵੇਂ ਕਿ ਕੈਨੇਡਾ ਦੇ ਵਿੱਚ ਮੈਡੀਕਲ ਸਹੂਲਤਾਂ ਜੇਕਰ ਕੋਈ ਪੀਆਰ ਜਾਂ ਸਿਟੀਜ਼ਨ ਨਾ ਹੋਵੇ ਤੇ ਜਿਨ੍ਹਾਂ ਦੇ ਕੋਲ ਕਾਰਡ ਨਾ ਬਣਿਆ ਹੋਵੇ ਮੈਡੀਕਲ ਦਾ ਤਾਂ ਉਹਨਾਂ ਵਾਸਤੇ ਇਹ ਬਹੁਤ ਮਹਿੰਗੀ ਹੈ ਜਿਸ ਵਾਸਤੇ ਇੰਸ਼ੋਰੈਂਸ ਕਰਾਉਣੀ ਵੀ ਜ਼ਰੂਰੀ ਹੁੰਦੀ ਹੈ ਤੇ ਉਹ ਇੰਸ਼ੋਰੈਂਸ ਦੇ ਵਾਸਤੇ ਹੋਰ ਕੰਪਨੀਆਂ ਵੀ ਕਰ ਸਕਣਗੀਆਂ ਪਰ ਉਸ ਦੀ ਸੂਚੀ ਵੀ ਜੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਆਪਣੀ ਵੈੱਬਸਾਈਟ ਦੇ ਉੱਤੇ ਜਾਰੀ ਕੀਤੀ ਜਾਵੇਗੀ ਇੱਥੇ ਜ਼ਿਕਰ ਹੋ ਗਿਆ ਕਿ ਇਮੀਗ੍ਰੇਸ਼ਨ ਵਿਭਾਗ ਦਾ ਦਾਅਵਾ ਹੈ ਕਿ ਹਰ ਸਾਲ ਕਰੀਬ 17000 ਸੁਪਰ ਵੀਜ਼ਾ ਦਿੱਤੇ ਜਾਂਦੇ ਨੇ ਸਾਲ 2011 ਤੋਂ ਇਹ ਸ਼ੁਰੂ ਕੀਤਾ ਗਿਆ ਸੀ ਜੋ ਕਿ ਸੁਪਰ ਵੀਜ਼ਾ ਪ੍ਰੋਗਰਾਮ ਹੈ ਦਰਅਸਲ ਜੋ ਜ਼ਿਆਦਾ ਗਿਣਤੀ ਵਿੱਚ ਹਰ ਸਾਲ ਮਾਪਿਆਂ ਨੂੰ ਪੀਆਰ ਤਾਂ ਨਹੀਂ ਦਿੱਤੀ ਜਾਂਦੀ ਪਰ ਇਸ ਤਰ੍ਹਾਂ ਸੁਪਰ ਵੀਜ਼ਾ ਦੇ ਦਿੱਤਾ ਜਾਂਦਾ ਜਿਸ ਦੇ ਨਾਲ ਉਹ ਜੋ ਆਮ ਵਿਜ਼ਟਰ ਵੀਜ਼ਾ ਹੁੰਦਾ ਹੈ ਉਸ ਤੋਂ ਥੋੜੀਆਂ ਜ਼ਿਆਦਾ ਸਹੂਲਤਾਂ ਉਹਨਾਂ ਨੂੰ ਮਿਲ ਜਾਂਦੀਆਂ ਨੇ ਤੇ ਇਸੇ ਨੂੰ ਲੈ ਕੇ ਜੋ ਪੇਰੈਂਟਸ ਗ੍ਰੈਂਡਪੇਰੈਂਟਸ ਪ੍ਰੋਗਰਾਮ ਦੇ ਵਿੱਚ ਵੀ ਤਕਰੀਬਨ ਹਰ ਸਾਲ ਕੋਈ ਨਾ ਕੋਈ ਤਬਦੀਲੀ ਕੀਤੀ ਜਾਂਦੀ ਹੈ ਜੋ ਪਹਿਲਾਂ ਇੱਕ ਵਾਰ ਇਹ ਵੀ ਸ਼ੁਰੂ ਕੀਤਾ ਗਿਆ ਕਿ ਜੋ ਸਭ ਤੋਂ ਪਹਿਲਾਂ ਫਾਈਲ ਲਗਾਵੇਗਾ ਉਹੋ ਹੀ ਉਸ ਦੇ ਵਿੱਚ ਜੋ ਚੁਣਿਆ ਜਾਵੇਗਾ ਪੀਆਰ ਦੇ ਲਈ ਅਪਲਾਈ ਕਰ ਸਕੇਗਾ ਕਿ 6 ਮਿੰਟ ਦੇ ਵਿੱਚ ਹੀ ਪ੍ਰੋਗਰਾਮ ਬੰਦ ਹੋ ਗਿਆ ਸੀ ਤੇ ਫਿਰ ਤੋਂ ਲਾਟਰੀ ਸਿਸਟਮ ਲਿਬਰਲ ਸਿਵਲ ਵੱਲੋਂ ਲਿਆਂਦਾ ਗਿਆ ਤੇ ਫਿਰ ਲਾਟਰੀ ਸਿਸਟਮ ਦੇ ਵਿੱਚ ਜੋ ਫਾਈਲਾਂ ਲੱਗੀਆਂ ਹੋਈਆਂ ਨੇ ਤੇ ਅੱਗੇ ਹੁਣ ਅਗਲੇ ਸਾਲ ਜਾਂ ਫਿਰ ਇਸ ਸਾਲ ਦੇ ਅੰਤ ਤੱਕ ਇਸ ਤੇ ਬਾਰੇ ਜੇਕਰ ਕੋਈ ਹੋਰ ਅਪਡੇਟ ਆਉਂਦੀ ਹੈ ਉਹ ਵੀ ਤੁਹਾਨੂੰ ਅਸੀਂ ਦੱਸਾਂਗੇ ਪਰ ਜੋ ਸੁਪਰ ਵੀਜ਼ਾ ਦੇ ਬਾਰੇ ਇਹ ਅਪਡੇਟ ਦਿੱਤੀ ਗਈ ਹੈ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਉਸ ਤੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਫਿਲਹਾਲ ਹੀ ਮੈਨੂੰ ਜੀ ਇਜਾਜ਼ਤ ਸੱਚ ਰਹਿ ਕਾਲ